ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੇ ਤੁਸੀਂ ਦੇ ਦਿਓ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਜਲਦ ਜਿਹੜੀ 15 ਅਗਸਤ ਆ ਰਹੀ, ਅੱਜ 7 ਅਗਸਤ ਨੂੰ ਅਸੀਂ ਪਹੁੰਚੇ ਹਾਂ ਥਾਣਾ ਸਿਟੀ ਦੇ ਵਿੱਚ, ਜਿੱਥੇ ਕਿ SHO ਗੁਰਮੀਤ ਸਿੰਘ ਜੀ ਹੋਣਾਂ ਦੇ ਨਾਲ ਗੱਲਬਾਤ ਕਰਦੇ ਹਾਂ। 15 ਅਗਸਤ ਦੀਆਂ ਕਿਵੇਂ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ, ਸ਼ਹਿਰ ਦਾ ਕੀ ਮਾਹੌਲ ਆ, ਕਿਸ ਤਰ੍ਹਾਂ ਦਾ ਮਾਹੌਲ ਚੱਲਦਾ ਪਿਆ ਆ, ਕੀ ਜਿਹੜੀਆਂ ਨੇ ਪ੍ਰੋਵੀਜ਼ਨ ਜਿਹੜੀਆਂ ਨੇ ਆਪਣੇ ਥੱਲੇ ਵਾਲੇ ਅਫਸਰਾਂ ਨੂੰ ਦਿੱਤੀਆਂ ਗਈਆਂ ਨੇ, ਸ਼ਹਿਰ ਦੇ ਹਾਲਾਤਾਂ ਨੂੰ ਬਦਲਣ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਉਪਰਾਲੇ ਨੇ ਕੀਤੇ ਜਾ ਰਹੇ ਨੇ, ਸਾਰੀ ਗੱਲਬਾਤ ਕਰ ਲੈਂਦੇ ਹਾਂ। ਸਾਡੇ ਨਾਲ ਗੁਰਮੀਤ ਸਿੰਘ ਜੀ SHO, ਜਿਨ੍ਹਾਂ ਦੀ ਪਿਛਲੇ ਦਿਨੀ ਤੁਸੀਂ ਸਾਡੇ ਚੈਨਲ ਦੇ ਉੱਤੇ ਇੱਕ ਵੀਡੀਓ ਦੇਖੀ ਸੀ, ਜਿਹਦੇ ਵਿੱਚ ਬੜੇ ਹੀ ਬਲਵਾਨ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਅੱਗ ਦੇ ਉੱਤੇ ਜਿਹੜਾ ਨਿਯੰਤਰਣ ਪਾਇਆ, ਆਪਣੇ ਅਫਸਰ ਸਾਹਿਬਾਨਾਂ ਦੇ ਨਾਲ ਰਲ ਕੇ ਬੜੇ ਜ਼ੋਰ ਸ਼ੋਰ ਦੇ ਨਾਲ ਉਹ ਵੀਡੀਓ ਜਿਹੜਾ ਆ ਤੁਸੀਂ ਦੇਖਿਆ ਇਹਨਾਂ ਦਾ, ਕਿ ਬੜੇ ਹੀ ਵਧੀਆ ਤਰੀਕੇ ਦੇ ਨਾਲ, ਕਿਉਂਕਿ SHO ਸਿਰਫ ਤੇ ਸਿਰਫ ਦਫ਼ਤਰ ਤੱਕ ਹੀ ਕਈ ਵਾਰੀ ਸੀਮਿਤ ਰਹਿ ਜਾਂਦੇ ਨੇ, ਆਪਣਾ ਕੰਮ ਜਿਹੜਾ ਆ ਉਹ ਸਿਰਫ ਦਫ਼ਤਰ ਤੱਕ ਹੀ ਸੰਭਾਲਦੇ ਨੇ। ਪਰ ਉਸ ਦਿਨ ਸਾਰਿਆਂ ਨੇ ਦੇਖਿਆ ਕਿ ਬੜੀ ਹੀ ਹਿੰਮਤ ਦੇ ਨਾਲ ਖੁਦ ਬਾਲਟੀਆਂ ਭਰ ਭਰ ਕੇ ਜਿਹੜਾ ਆ ਅੱਗ ਦੇ ਉੱਤੇ ਪਾਣੀ ਸੁੱਟ ਰਹੇ, ਇੱਕ SHO ਦੀ ਇੱਕ ਵੱਖਰੀ ਤਰ੍ਹਾਂ ਦੀ ਤਸਵੀਰ ਵੇਖ ਕੇ ਆਪਣੀਆਂ ਜੀਭਾਂ ਨੂੰ ਦੰਦਾਂ ਥੱਲੇ ਦੱਬ ਕੇ ਬਹਿ ਗਏ ਕਿ ਇੱਕ SHO ਹੋਵੇ ਤਾਂ ਗੁਰਮੀਤ ਸਿੰਘ ਵਰਗਾ। ਸਾਡੇ ਨਾਲ ਅੱਜ ਉਹੀ SHO ਗੁਰਮੀਤ ਸਿੰਘ ਜੀ ਨੇ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ ਵੀ ਗੁਰਦਾਸਪੁਰ ਦੇ ਵਿੱਚ ਜਿਹੜੀ 15 ਅਗਸਤ ਆ ਰਹੀ ਉਹਦੇ 'ਤੇ ਇਹ ਆਪਣੇ ਵੱਲੋਂ ਅੱਜ ਕੀ ਕਹਿਣਾ ਚਾਹੁੰਦੇ। ਸਰ, ਤੁਹਾਡਾ ਸਵਾਗਤ ਹੈ DPC ਪੰਜਾਬ। ਨਮਸਕਾਰ ਜੀ। ਇਹ ਜੀ ਸਾਡੇ ਸੀਨੀਅਰ ਅਫਸਰਾਂ ਵੱਲੋਂ ਅਤੇ ਮਾਣਯੋਗ SSP ਸ਼੍ਰੀ ਹਰੀਸ਼ ਦਿਆਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਜਿਹੜੇ ਸ਼ਹਿਰ ਦੇ ਵਿੱਚ ਬਿਲਕੁਲ ਅਮਨ ਅਮਾਨ ਹੈ, ਅਤੇ ਅਸੀਂ ਵੱਖ ਵੱਖ ਜਿਹੜੇ ਸਰਚ ਓਪਰੇਸ਼ਨ ਵੀ ਕਰ ਰਹੇ ਹਾਂ, ਜਿੱਦਾਂ ਅੱਜ ਈਗਲ ਸਰਚ ਓਪਰੇਸ਼ਨ ਸੀ ਇਸਲਾਮਾਬਾਦ ਮੁਹੱਲੇ ਦੇ ਵਿੱਚ, ਅਤੇ ਅਸੀਂ ਜਿਸ ਤਰ੍ਹਾਂ ਮਾਨਕੌਰ ਵੀ ਅਸੀਂ ਜਿਹੜਾ ਸਰਚ ਓਪਰੇਸ਼ਨ ਕੀਤਾ, ਅਤੇ ਸੈਕਿੰਡ ਵਨ ਅਸੀਂ ਜਿਹੜੇ ਸ਼ਹਿਰ ਦੇ ਵਿੱਚ ਸਾਡੇ PCR ਤੈਨਾਤ ਨੇ, 8 PCR ਉਹ ਦਿਨ ਰਾਤ ਚੱਲਦੇ ਰਹੇ ਨੇ, 24 ਘੰਟੇ ਉਹਨਾਂ ਦੀ ਡਿਊਟੀ ਹੈ PCR ਦੀ, ਅਤੇ ਅਸੀਂ ਨਾਕੇ ਵੀ ਲਗਾ ਕੇ ਜਿਸ ਤਰ੍ਹਾਂ ਚਲਾਨ ਵਗੈਰਾ ਕਰ ਰਹੇ ਹਾਂ, ਕੋਈ ਜੇ ਵਹੀਕਲ ਐਕਟ ਦੀ ਉਲੰਘਣਾ ਕਰਦੇ ਨੇ ਤਾਂ, ਬਾਕੀ ਸਮੇਂ ਸਿਰ ਜਿਹੜਾ ਕੋਈ ਗਲਤ ਅਨਸਰ ਆ ਫੜਿਆ ਜਾਂਦਾ ਤਾਂ ਉਹ 'ਤੇ ਪਰਚੇ ਵੀ ਦੇ ਰਹੇ ਹਾਂ ਜੀ। ਸਰ, ਜਿਵੇਂ ਕਿ 15 ਅਗਸਤ ਆ ਰਹੀ ਹੈ, 15 ਅਗਸਤ ਦੇ ਉੱਤੇ ਬਹੁਤ ਜ਼ਿਆਦਾ ਜਿਹੜਾ ਮਾਹੌਲ ਆ ਉਹ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ 15 ਅਗਸਤ ਨੂੰ ਜਿਹੜਾ ਮਨਾਇਆ ਜਾਂਦਾ ਆ, ਉਸ ਸਮੇਂ ਦਾ ਜਿਹੜਾ ਮਾਹੌਲ ਹੈ ਜਾਂ ਉਹਦੇ ਵਾਸਤੇ ਕਿਸ ਤਰ੍ਹਾਂ ਦੀ ਤਿਆਰੀ ਚੱਲਦੀ? ਇਹ ਜੀ ਵੇਖੋ ਜੀ, 15 ਅਗਸਤ ਦੇ ਮੱਦੇਨਜ਼ਰ ਜਿਸ ਤਰ੍ਹਾਂ ਹੁਣ ਜਿੰਨੀਆਂ ਵੀ ਸਰਕਾਰੀ ਬਿਲਡਿੰਗਸ ਨੇ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ, ਉਹਨਾਂ ਦਾ ਐਂਟੀ ਸੋਬਿਟਾਈਟਮ ਚੈੱਕ ਕਰਾ ਰਹੇ ਹਾਂ। ਸੈਕਿੰਡ ਵਨ ਜਿਹੜਾ ਜਿਸ ਤਰ੍ਹਾਂ ਗਵਰਨਮੈਂਟ ਕਾਲਜ ਆ ਉੱਥੇ ਵੀ ਅਸੀਂ ਸਾਡੀ ਗਾਰਡ ਲੱਗੀ ਆ, ਸ਼ਹਿਰ ਦੇ ਵਿੱਚ ਵੱਖ ਵੱਖ ਥਾਵਾਂ 'ਤੇ ਨਾਕੇ ਲੱਗੇ ਹੋਏ ਹਨ, ਅਤੇ ਵੱਖ ਵੱਖ ਜਿੱਥੇ ਵੀ ਕੋਈ ਸ਼ੱਕੀ ਪੁਲਿਸ ਜਾਂ ਭੈੜੇ ਪੁਲਿਸ ਮਿਲਦੇ ਨੇ ਉਹਨਾਂ ਨੂੰ ਲਿਆ ਕੇ ਉਹਨਾਂ ਦਾ ਬਾਰੇ ਜਾਣਕਾਰੀ ਹਾਸਲ ਕਰਕੇ, ਜੇ ਉਹਨਾਂ ਨੂੰ ਲੱਗਦਾ ਕਿ ਕਸੂਰ ਹੈ ਤਾਂ ਉਹਨਾਂ ਦੇ ਖਿਲਾਫ਼ ਕਾਰਵਾਈ ਕਰਦੇ ਹਾਂ, ਨਹੀਂ ਤਾਂ ਕਿਸੇ ਮੋਤਬਰ ਸੱਜਣ ਦੇ ਉਹਨਾਂ ਨੂੰ ਦੇ ਦਿੰਦੇ ਹਾਂ। ਅਤੇ ਬਾਕੀ ਸ਼ਹਿਰ ਦੇ ਵਿੱਚ ਬਿਲਕੁਲ ਅਮਨੋ ਅਮਾਨ ਹੈ, ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਆ, 15 ਅਗਸਤ ਬਿਲਕੁਲ ਅਮਨੋ ਅਮਾਨ ਨਾਲ ਮਨਾਈ ਜਾਏਗੀ, ਅਤੇ ਸ਼ਹਿਰ ਦੇ ਵਿੱਚ ਅਸੀਂ ਪੁਲਿਸ ਜਿਹੜੀ ਆਪਣੀ ਪੂਰੀ ਤਨਦੇਹੀ ਨਾਲ ਡਿਊਟੀ ਕਰ ਰਹੀ ਹੈ। ਸਰ, ਪਿਛਲੇ ਦਿਨਾਂ ਦੇ ਵਿੱਚ ਨਾ ਬਹੁਤ ਸਾਰੇ ਜਿਹੜੇ ਕਮੈਂਟ ਵੀਡੀਓ ਦੇ ਉੱਤੇ ਆ ਜਾਂਦੇ ਆ, ਤੁਹਾਡਾ ਵੀਡੀਓ ਇੱਕ ਬਹੁਤ ਜ਼ਿਆਦਾ ਵਾਇਰਲ ਹੁੰਦਾ, ਬਹੁਤ ਜ਼ਿਆਦਾ ਤੁਸੀਂ ਉੱਥੇ ਹੌਸਲੇ ਵਾਲੀ ਇੱਕ ਅੰਜਾਮ ਦਿੱਤਾ ਅੱਗ ਦੇ ਉੱਤੇ ਪਾਇਆ, ਬਹੁਤ ਸਾਰੇ ਲੋਕਾਂ ਨੇ ਤਾਰੀਫਾਂ ਵੀ ਕੀਤੀਆਂ, ਉੱਥੇ ਕਈ ਤਰ੍ਹਾਂ ਦੇ ਜਿਹੜੇ ਕਮੈਂਟ ਵੀ ਪਬਲਿਕ ਜਿਹੜੀ ਛੱਡਦੀ ਹੈ, ਜਿਨ੍ਹਾਂ ਦੇ ਵਿੱਚ ਖਾਸ ਕਰਕੇ ਸਪਲੈਂਡਰ ਮੋਟਰਸਾਈਕਲ ਚੋਰੀ ਹੋ ਰਹੇ ਆ, ਜਿਵੇਂ ਕਿ ਤੁਸੀਂ ਸਰਕਾਰੀ ਬਿਲਡਿੰਗ ਆ ਪਿੱਛੇ ਐਕਸਿਸ ਬੈਂਕ ਦੇ ਬਾਹਰੋਂ ਜਿਹੜਾ 5 ਮਿੰਟ ਦੇ ਵਿੱਚ ਮੋਟਰਸਾਈਕਲ ਚੁੱਕਿਆ ਜਾਂਦਾ ਆ, ਇਸ ਤਰ੍ਹਾਂ ਦੇ ਜਿਹੜੇ ਅਮਲੇ ਹੋ ਰਹੇ ਨੇ, ਕਹਿੰਦੇ ਨੇ ਵੀ ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਆ, ਕਿ ਕਾਨੂੰਨ ਦੇ ਹੱਥ ਲੰਬੇ ਹੋਣ ਦੇ ਬਾਵਜੂਦ ਕਿ ਚੋਰਾਂ ਦੀਆਂ ਗਰਦਨਾਂ ਐਡੀਆਂ ਉੱਚੀਆਂ ਹੋ ਗਈਆਂ ਕਿ ਸਾਡੇ ਹੱਥ ਨਹੀਂ ਜਾ ਰਹੇ? ਵੇਖੋ ਜੀ, ਅਸੀਂ ਹੁਣੇ ਹੀ ਅਜੇ ਜਿਹੜਾ ਮੁਕੱਦਮਾ ਨੰਬਰ 109 ਮੋਟਰਸਾਈਕਲ ਬਰਾਮਦ ਕੀਤੇ ਆ, 1 ਐਕਟਿਵਾ ਕੀਤੀ ਆ, ਅਤੇ ਅੱਜ ਵੀ 1 ਚੋਰ ਫੜਿਆ, ਉਹਦੇ ਕੋਲ 1 ਮੋਟਰਸਾਈਕਲ ਬਰਾਮਦ ਕੀਤਾ ਵਾ। ਅਗਰ ਕੋਈ ਚੋਰੀ ਕਰਦਾ ਤਾਂ ਅਸੀਂ ਉਹਨਾਂ ਨੂੰ ਭਾਲ ਵੀ ਕਰਦੇ ਹਾਂ, ਤਾਂ ਮੋਟਰਸਾਈਕਲ ਨੂੰ ਬਰਾਮਦ ਕਰਕੇ ਜਿਹੜਾ ਉਹਨਾਂ ਦੇ ਅਸਲੀ ਮਾਲਕ ਆ ਉਹਨਾਂ ਦੇ ਹਵਾਲੇ ਕਰਦੇ ਹਾਂ। ਸਰ, ਕਦੀ ਇਸ ਤਰ੍ਹਾਂ ਦਾ ਕੋਈ ਕੇਸ ਸਾਹਮਣੇ ਆਇਆ ਵੀ ਜਿਹਦਾ ਮੋਟਰਸਾਈਕਲ ਚੋਰੀ ਹੋਇਆ ਉਹਨੇ ਪਹਿਲਾਂ ਚੁੱਕਿਆ ਹੋਵੇ?
ਨਹੀਂ ਜੀ, ਇਸ ਤਰ੍ਹਾਂ ਹੋ ਜਾਂਦਾ ਜਿੱਦਾਂ ਹੁਣ ਕੱਲ੍ਹ ਦਾ ਇੱਕ ਘਟਨਾ ਵਾਪਰੀ ਸੀ, ਉਹ ਮੋਟਰਸਾਈਕਲ ਕੋਈ ਭੁਲੇਖੇ ਨਾਲ ਉਹਨਾਂ ਦਾ ਲੈ ਗਿਆ, ਤਾਂ ਮੁੜ ਕੇ ਉਹ ਗਿਰਾਇਆ ਮਾਰਕੀਟ 'ਚ ਪਤਾ ਲੱਗਿਆ ਵੀ ਮੈਂ ਭੁਲੇਖੇ ਨਾਲ ਲਾਇਆ, ਫਿਰ ਉਹ ਇੱਥੇ ਥਾਣੇ ਦੇ ਗਿਆ, ਜਿਹਦਾ ਮੋਟਰਸਾਈਕਲ ਜਿਹਨੇ ਰਫਲ ਖਾਈ ਸੀ ਉਹਨੂੰ ਸੱਦ ਕੇ ਉਹਦਾ ਮੋਟਰਸਾਈਕਲ ਵਾਪਸ ਕਰ ਦਿੱਤਾ। ਸਰ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਆ, 15 ਅਗਸਤ ਵਾਸਤੇ ਅਮਨ ਸ਼ਾਂਤੀ ਵਾਸਤੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ? ਵੇਖੋ ਜੀ, ਇਹੀ ਅਵਾਮ ਨੂੰ ਇਹੀ ਅਪੀਲ ਆ ਵੀ ਤੁਸੀਂ ਅਮਨੋ ਅਮਾਨ ਦੇ ਨਾਲ ਵੇਖਣ ਆਓ 15 ਅਗਸਤ। 15 ਅਗਸਤ ਬਿਲਕੁਲ ਸ਼ਾਂਤੀਪੂਰਕ ਮਨਾਈ ਜਾਏਗੀ, ਪੁਲਿਸ ਹਮੇਸ਼ਾ ਉਹਨਾਂ ਦੀ ਸਹਾਇਤਾ ਵਾਸਤੇ ਤਤਪਰ ਆ, ਹਮੇਸ਼ਾ ਉਹਨਾਂ ਵਾਸਤੇ ਹਾਜ਼ਰ ਹੈ। ਤੁਸੀਂ ਕਦੇ ਵੀ ਤੁਸੀਂ ਕੋਈ ਚੰਗੀ ਜਾਣਕਾਰੀ ਦੇ ਸਕਦੇ ਹੋ, ਮਾੜੀ ਜਾਣਕਾਰੀ ਦੇ ਸਕਦੇ ਹੋ, ਪੁਲਿਸ ਉਹਦਾ ਉੱਤੇ ਕਾਰਵਾਈ ਕਰੇਗੀ। ਤੁਸੀਂ ਦੇਖਦੇ ਪਿਓ ਜੀ, ਮੇਰਾ DPC ਪੰਜਾਬੀ ਤੋਂ ਹੁਣੇ ਹੁਣੇ ਅਸੀਂ SHO ਗੁਰਮੀਤ ਸਿੰਘ ਹੋਣਾਂ ਦੇ ਨਾਲ ਗੱਲਬਾਤ ਕੀਤੀ ਹੈ, ਜਿਨ੍ਹਾਂ ਨੇ ਕਿਹਾ ਆ ਕਿ ਚੋਰਾਂ ਦੇ ਉੱਤੇ ਨਕੇਲ ਜ਼ਰੂਰ ਕੱਸੀ ਜਾਂਦੀ ਹੈ, ਫੜੇ ਵੀ ਜਾਂਦੇ ਨੇ, ਅਤੇ ਉਹਨਾਂ ਦੇ ਕੋਲੋਂ ਜਿਹੜਾ ਵੀ ਸਮਾਨ ਬਰਾਮਦ ਹੁੰਦਾ ਉਹ ਵਾਲੀਵਾਰ ਸਾਨੂੰ ਜਿਹੜਾ ਆ ਦੇ ਦਿੱਤਾ ਜਾਂਦਾ ਆ ਪੂਰੀ ਤਹਿਕੀਕਾਤ ਤੋਂ ਬਾਅਦ। ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੇ ਕਿਹਾ ਆ ਕਿ 15 ਅਗਸਤ ਬੜੇ ਹੀ ਅਮਨ ਅਤੇ ਸ਼ਾਂਤੀ ਦੇ ਨਾਲ ਮਨਾਈ ਜਾਏਗੀ, ਤੁਸੀਂ ਬੜੇ ਆਰਾਮ ਦੇ ਨਾਲ ਸ਼ਹਿਰ ਦੇ ਵਿੱਚ ਆ ਜਾ ਸਕਦੇ ਹੋ ਅਤੇ ਆਪਣੀ 15 ਅਗਸਤ ਨੂੰ ਇੰਜੋਏ ਕਰ ਸਕਦੇ ਹੋ। ਤੁਸੀਂ ਦੇਖਦੇ ਪਿਓ ਮੇਰਾ DPC ਪੰਜਾਬੀ, ਕੈਮਰਾਮੈਨ ਸੰਜੀਵ ਬਾਵਾ ਦੇ ਨਾਲ ਮੈਂ ਤੁਹਾਡਾ ਆਪਣਾ ਧਰਮ